ਵੱਡਾ ਹਾਦਸਾ ਹੋਇਆ ਜਿੱਥੇ ਇੱਕ ਕਾਰ 'ਚ ਪਿੱਛੋਂ ਆ ਕੇ ਦੋ ਟਰੱਕ ਵੱਜਦੇ ਨੇ ਜਿਸ ਕਰਕੇ ਵੱਡਾ ਨੁਕਸਾਨ ਹੋ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਜਪੁਰਾ ਦੇ ਵਿੱਚ ਵਾਪਰਿਆ ਹੈ ਜਿੱਥੇ ਇੱਕ ਗੱਡੀ ਮੇਨ ਹਾਈਵੇ 'ਤੇ ਯੂ ਟਰਨ ਲੈਣ ਦੇ ਲਈ ਖੜ੍ਹਦੀ ਹੈ ਤਾਂ ਪਿੱਛੋਂ ਆ ਰਹੇ ਪਹਿਲਾਂ ਟਰੱਕ ਨੇ ਉਸਨੂੰ ਟੱਕਰ ਮਾਰੀ ਅਤੇ ਫਿਰ ਇੱਕ ਪਿੱਛੋਂ ਹੋਰ ਟਰੱਕ ਆਉਂਦਾ ਹੈ ਜਿਹੜਾ ਕਿ ਇਸ ਟਰੱਕ ਦੇ ਵਿੱਚ ਜਾ ਵੱਜਦਾ ਜਿਸ ਕਰਕੇ ਭਾਰੀ ਨੁਕਸਾਨ ਹੋ ਜਾਂਦਾ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਟਰੱਕ ਦੇ ਪਰਖੱਚੇ ਉੱਡ ਜਾਂਦੇ ਨੇ। ਤਾਂ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਡਰਾਈਵਰ ਦੇ ਸੱਟਾਂ ਵੀ ਵੱਜਦੀਆਂ ਨੇ ਜਿਸ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਤਾਂ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਮੌਕੇ 'ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਜ਼ਖਮੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਤੁਰੰਤ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਵੇਖ ਸਕਦੇ ਹੋ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਇਹ ਵੱਡੇ ਹਾਦਸੇ ਹੁੰਦੇ ਜਾ ਰਹੇ ਨੇ ਜਿਸ ਕਰਕੇ ਲੋਕਾਂ ਦੀਆਂ ਕੀਮਤੀ ਜਾਨਾਂ ਜਾਂਦੀਆਂ ਨੇ। ਤਾਂ ਇਸ ਹਾਦਸੇ ਦੇ ਵਿੱਚ ਵੇਖ ਸਕਦੇ ਹੋ ਕਿ ਮੇਨ ਹਾਈਵੇ 'ਤੇ ਗੱਡੀ ਯੂ ਟਰਨ ਲੈਣ ਦੇ ਲਈ ਖੜ੍ਹੀ ਸੀ ਤਾਂ ਪਿੱਛੋਂ ਬੇਕਾਬੂ ਟਰੱਕ ਆ ਕੇ ਉਸਨੂੰ ਟੱਕਰ ਮਾਰਦਾ। ਤਾਂ ਉਸਦੇ ਪਿੱਛੇ ਇੱਕ ਹੋਰ ਟਰੱਕ ਹੁੰਦਾ ਹੈ ਜਿਹੜਾ ਕਿ ਇਸ ਟਰੱਕ ਦੇ ਵਿੱਚ ਆ ਕੇ ਵੱਜਦਾ। ਤਾਂ ਵੱਡਾ ਹਾਦਸਾ ਹੋਇਆ ਜਿਸ ਕਰਕੇ ਵੱਡਾ ਮਾਲੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਥੇ ਇੱਕ ਸਵਿਫਟ ਕਾਰ ਦਾ ਡਰਾਈਵਰ ਹੈ, ਯੂ ਟਰਨ ਲੈਣ ਵਾਸਤੇ ਆਪਣੀ ਕਾਰ ਰੋਕੀ ਸੀ ਉਹਨੇ ਅਤੇ ਪਿੱਛੋਂ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਇੱਕ ਟਰੱਕ ਹੈ ਬੇਕਾਬੂ ਹੋ ਕੇ ਇਹਦੇ ਵਿੱਚ ਵੱਜਿਆ। ਉਸ ਤੋਂ ਮਗਰ ਇੱਕ ਟਰੱਕ ਹੋਰ ਟਰੱਕ ਦੇ ਇਸ ਦੇ ਵਿੱਚ ਵੱਜਿਆ। ਇੱਕ ਡਰਾਈਵਰ ਇੰਜਰਡ ਹੋਇਆ ਅਤੇ ਦੂਜੇ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਇਹ ਅਸੀਂ ਵੀ ਉਹਨੂੰ ਹੋਸਪਿਟਲ ਭੇਜਿਆ। ਬਾਕੀ ਜੋ ਵੀ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਡਰਾਈਵਰ ਦੱਸਣਗੇ ਉਹਦੇ ਮੁਤਾਬਕ ਕਾਰਵਾਈ ਕਰਨੀ। ਅਤੇ ਇੱਥੇ ਯੂ ਟਰਨ ਲੋਕ ਲੈਂਦੇ ਆ ਲੇਕਿਨ ਇੱਥੇ ਵੈਸੇ ਅਲਾਊਡ ਨਹੀਂ ਹੈਗਾ, ਸੜਕ ਤੰਗ ਹੈ, ਇਹ ਵੈਸੇ ਬੰਦ ਹੋਣਾ ਚਾਹੀਦਾ। ਅਸੀਂ ਉਹਨਾਂ ਨੂੰ ਨੈਸ਼ਨਲ ਅਥੋਰਟੀ ਨੂੰ ਲਿਖਾਂਗੇ ਇਹਦੇ ਬਾਰੇ ਵੀ ਇਹ ਬੰਦ ਹੋਣਾ ਚਾਹੀਦਾ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਅਸੀਂ ਨਹੀਂ ਇਹਦੇ ਬਾਰੇ ਨਹੀਂ ਕੁਛ ਪਤਾ ਹੈਗਾ ਅਤੇ ਪਹਿਲਾਂ ਇੱਕ ਵਾਰੀ ਇਹ ਬੰਦ ਹੋ ਗਿਆ ਸੀ, ਘੱਟ ਫਿਰ ਦੁਬਾਰੇ ਖੋਲਿਆ ਗਿਆ ਜੀ। ਹਾਂਜੀ, ਇਹ ਬੰਦ ਸਾਡਾ ਤਾਂ ਇਹੀ ਸੁਨੇਹਾ ਵੀ ਇੱਥੇ ਘੱਟ ਹੈਗਾ ਅਤੇ ਉਹਨੂੰ ਲੋਕਾਂ ਨੂੰ ਦੇਖ ਕੇ ਚੱਲਣਾ ਚਾਹੀਦਾ, ਥੋੜ੍ਹਾ ਸਲੋਅ ਰੱਖਣੀ ਦੀ ਸਪੀਡ ਅਤੇ ਨੈਸ਼ਨਲ ਅਥੋਰਟੀ ਹੈ, ਜੇ ਉਹਨਾਂ ਨੇ ਘੱਟ ਇੱਥੇ ਰੱਖਿਆ ਜਾਂ ਕੋਈ ਲਾਈਟਾਂ ਦਾ ਪ੍ਰਬੰਧ ਕਰੇ ਜਾਂ ਕੋਈ ਹੋਰ ਕਰੇ, ਉਹ ਚੀਜ਼ ਹੈ ਨਹੀਂ ਇੱਥੇ ਜੀ। ਵੱਡਾ ਹਾਦਸਾ ਹੋਇਆ ਜਿੱਥੇ ਇੱਕ ਕਾਰ 'ਚ ਪਿੱਛੋਂ ਆ ਕੇ ਦੋ ਟਰੱਕ ਵੱਜਦੇ ਨੇ ਜਿਸ ਕਰਕੇ ਵੱਡਾ ਨੁਕਸਾਨ ਹੋ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਜਪੁਰਾ ਦੇ ਵਿੱਚ ਵਾਪਰਿਆ ਹੈ ਜਿੱਥੇ ਇੱਕ ਗੱਡੀ ਮੇਨ ਹਾਈਵੇ 'ਤੇ ਯੂ ਟਰਨ ਲੈਣ ਦੇ ਲਈ ਖੜ੍ਹਦੀ ਹੈ ਤਾਂ ਪਿੱਛੋਂ ਆ ਰਹੇ ਪਹਿਲਾਂ ਟਰੱਕ ਨੇ ਉਸਨੂੰ ਟੱਕਰ ਮਾਰੀ ਅਤੇ ਫਿਰ ਇੱਕ ਪਿੱਛੋਂ ਹੋਰ ਟਰੱਕ ਆਉਂਦਾ ਹੈ ਜਿਹੜਾ ਕਿ ਇਸ ਟਰੱਕ ਦੇ ਵਿੱਚ ਜਾ ਵੱਜਦਾ ਜਿਸ ਕਰਕੇ ਭਾਰੀ ਨੁਕਸਾਨ ਹੋ ਜਾਂਦਾ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਟਰੱਕ ਦੇ ਪਰਖੱਚੇ ਉੱਡ ਜਾਂਦੇ ਨੇ। ਤਾਂ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਡਰਾਈਵਰ ਦੇ ਸੱਟਾਂ ਵੀ ਵੱਜਦੀਆਂ ਨੇ ਜਿਸ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਤਾਂ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਮੌਕੇ 'ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਜ਼ਖਮੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਤੁਰੰਤ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਵੇਖ ਸਕਦੇ ਹੋ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਇਹ ਵੱਡੇ ਹਾਦਸੇ ਹੁੰਦੇ ਜਾ ਰਹੇ ਨੇ ਜਿਸ ਕਰਕੇ ਲੋਕਾਂ ਦੀਆਂ ਕੀਮਤੀ ਜਾਨਾਂ ਜਾਂਦੀਆਂ ਨੇ। ਤਾਂ ਇਸ ਹਾਦਸੇ ਦੇ ਵਿੱਚ ਵੇਖ ਸਕਦੇ ਹੋ ਕਿ ਮੇਨ ਹਾਈਵੇ 'ਤੇ ਗੱਡੀ ਯੂ ਟਰਨ ਲੈਣ ਦੇ ਲਈ ਖੜ੍ਹੀ ਸੀ ਤਾਂ ਪਿੱਛੋਂ ਬੇਕਾਬੂ ਟਰੱਕ ਆ ਕੇ ਉਸਨੂੰ ਟੱਕਰ ਮਾਰਦਾ। ਤਾਂ ਉਸਦੇ ਪਿੱਛੇ ਇੱਕ ਹੋਰ ਟਰੱਕ ਹੁੰਦਾ ਹੈ ਜਿਹੜਾ ਕਿ ਇਸ ਟਰੱਕ ਦੇ ਵਿੱਚ ਆ ਕੇ ਵੱਜਦਾ। ਤਾਂ ਵੱਡਾ ਹਾਦਸਾ ਹੋਇਆ ਜਿਸ ਕਰਕੇ ਵੱਡਾ ਮਾਲੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਥੇ ਇੱਕ ਸਵਿਫਟ ਕਾਰ ਦਾ ਡਰਾਈਵਰ ਹੈ, ਯੂ ਟਰਨ ਲੈਣ ਵਾਸਤੇ ਆਪਣੀ ਕਾਰ ਰੋਕੀ ਸੀ ਉਹਨੇ ਅਤੇ ਪਿੱਛੋਂ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਇੱਕ ਟਰੱਕ ਹੈ ਬੇਕਾਬੂ ਹੋ ਕੇ ਇਹਦੇ ਵਿੱਚ ਵੱਜਿਆ। ਉਸ ਤੋਂ ਮਗਰ ਇੱਕ ਟਰੱਕ ਹੋਰ ਟਰੱਕ ਦੇ ਇਸ ਦੇ ਵਿੱਚ ਵੱਜਿਆ। ਇੱਕ ਡਰਾਈਵਰ ਇੰਜਰਡ ਹੋਇਆ
ਅਤੇ ਦੂਜੇ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਇਹ ਅਸੀਂ ਜੀ ਉਹਨੂੰ ਹੋਸਪਿਟਲ ਭੇਜਿਆ ਜੀ। ਬਾਕੀ ਜੋ ਵੀ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਡਰਾਈਵਰ ਦੱਸਣਗੇ ਉਹਦੇ ਮੁਤਾਬਕ ਕਾਰਵਾਈ ਕਰਨੀ। ਇੱਥੇ ਯੂ ਟਰਨ ਲੋਕ ਲੈਂਦੇ ਆ ਲੇਕਿਨ ਇੱਥੇ ਵੈਸੇ ਅਲਾਊਡ ਨਹੀਂ ਹੈਗਾ, ਸੜਕ ਤੰਗ ਹੈ, ਇਹ ਵੈਸੇ ਬੰਦ ਹੋਣਾ ਚਾਹੀਦਾ। ਅਸੀਂ ਉਹਨਾਂ ਨੂੰ ਨੈਸ਼ਨਲ ਅਥੋਰਟੀ ਨੂੰ ਲਿਖਾਂਗੇ ਇਹਦੇ ਬਾਰੇ ਵੀ ਇਹ ਬੰਦ ਹੋਣਾ ਚਾਹੀਦਾ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਅਸੀਂ ਨਹੀਂ ਇਹਦੇ ਬਾਰੇ ਨਹੀਂ ਕੁਛ ਪਤਾ ਹੈਗਾ ਜੀ। ਅਤੇ ਪਹਿਲਾਂ ਇੱਕ ਵਾਰੀ ਇਹ ਬੰਦ ਹੋ ਗਿਆ ਸੀ, ਇਹ ਘੱਟ ਫਿਰ ਦੁਬਾਰੇ ਖੋਲ੍ਹਿਆ ਗਿਆ ਜੀ। ਹਾਂਜੀ, ਇਹ ਬੰਦ ਸਾਡਾ ਤਾਂ ਹੀ ਸੁਨੇਹਾ ਵੀ ਇੱਥੇ ਘੱਟ ਹੈਗਾ ਅਤੇ ਉਹਨੂੰ ਲੋਕਾਂ ਨੂੰ ਦੇਖ ਕੇ ਚੱਲਣਾ ਚਾਹੀਦਾ, ਥੋੜ੍ਹਾ ਸਲੋਅ ਰੱਖਣੀ ਦੀ ਸਪੀਡ। ਅਤੇ ਨੈਸ਼ਨਲ ਅਥੋਰਟੀ ਹੈ, ਜੇ ਉਹਨਾਂ ਨੇ ਘੱਟ ਇੱਥੇ ਰੱਖਿਆ ਜਾਂ ਕੋਈ ਲਾਈਟਾਂ ਦਾ ਪ੍ਰਬੰਧ ਕਰੇ ਜਾਂ ਕੋਈ ਹੋਰ ਕਰੇ, ਉਹ ਚੀਜ਼ ਹੈ ਨਹੀਂ ਇੱਥੇ।